दोनों सूरत च मेरी भैन सालिया मैं कणक नहीं खांदा साडा सर जाए तेरा की जांदा है तेरे घर भी ते मलक आंदा है साडा सर जाए तेरा की जांदा है तेरे घर भी ते मलक आंदा है ना तू बाणिया ने बोल किन्ने पैसे लाने बोल ना तू बाणिया ने बोल किन्ने पैसे लाने बोल कर काकी जवान है बुरे काम छड़दे वेख तेरी धुनी ते की निकले अच्छा एदियां मुठ्ठां वेख एदियां मुठ्ठां नहीं इहदे प्यो ने सहन कीते के तू मेरा नहीं तू मुछा नहीं रखी है तेरा प्यो नहीं लभा बहुत अच्छे ते मैं भी सजा कट के ओ कहिंदा ऐ ते तेरा केड़ा ही ला दे हुण मेरा ना ला दे ला दे ला ला मेरा ना आ सोरिया ओ ना ते ता लावे ना जे मैं ना होवां ता ऐ भागे हां जी अस्सलाम वालेकुम वालेकुम सलाम की होया ਇਹ ਜਿਹੜੀ ਕੁੜੀ ਆਉਂਦੀ ਸਾਨੂੰ ਵੇਖ ਕੇ ਕਿਉਂ ਇੰਜ ਦਿਲ ਕੱਚਾ ਪੱਚਾ ਹੁੰਦਾ ਮੈਨੂੰ ਵੇਖ ਕੇ ਪਰੇ ਵੇ ਸਾਡੇ ਨਸੀਬਾਂ 'ਚ ਇਹੋ ਜਿਹੀ ਸੋਹਣੀਆਂ ਹੈ ਹੀ ਨਹੀਂ ਕਿਉਂ ਸਾਡੇ ਨਸੀਬਾਂ 'ਚ ਜਦੋਂ ਵੀ ਹੋਈ ਹੈ ਔਰਤ ਅੱਧੀ ਕਿਵੇਂ ਕਿਸੇ ਦੀ ਬਾਂਹ ਕੋਈ ਨਹੀਂ ਅੱਛਾ ਕਿਸੇ ਦੀ ਲੱਤ ਕੋਈ ਨਹੀਂ ਇੱਕ ਉਂਝ ਖੰਡੀ ਜਿੰਦੇ ਹੋਠ ਇੱਥੇ ਨੇ ਮੁਹੱਬਤ ਕਿੱਥੋਂ ਸ਼ੁਰੂ ਹੋਣੀ ਮੈਨੂੰ ਇਹ ਦੱਸੋ ਆ ਵੇਖਣਾ ਸੋਹਣੀ ਕੁੜੀ ਇਹੋ ਜਿਹੀ ਕੁੜੀ ਨੂੰ ਖਾਰਸ਼ ਵੀ ਹੋਵੇ ਨਾ ਕਿਸੇ ਨੂੰ ਪਤਾ ਨਹੀਂ ਲੱਗਣ ਦਿੰਦੀ ਐਵੇਂ ਕਹੇਗੀ ਲਾਹੌਰ ਜਾਣਾ ਹੈ ਫੈਸਲਾਬਾਦ ਜਾਊਂਗੀ ਇਹਦੀਆਂ ਭੈਣਾਂ ਮਰੀਦ ਕਾ ਜਾਣਾ ਆ ਮੇਰੀਆਂ ਭੈਣਾਂ ਤਾਂ ਐਡੀਆਂ ਕਾਲੀਆਂ ਨੇ ਉਹਨਾਂ ਨੂੰ ਡਰਦਾ ਕੁਛ ਛੇੜਦਾ ਹੀ ਨਹੀਂ ਇਹ ਮੰਨ ਗਈਆਂ ਤੇ ਅਸੀਂ ਕੀ ਕਰਾਂਗੇ ਯਕੀਨ ਕਰ ਜਾ ਤੁਸੀਂ ਮੇਰੇ ਨਾਲ ਸਾਡੇ ਭਲਾ ਰੰਗ ਕਾਲੇ ਕਿਉਂ ਹੁੰਦੇ ਨੇ ਕਿਉਂ ਹੁੰਦੇ ਨੇ ਅਸੀਂ ਗਰੀਬ ਅੱਛਾ ਅਮੀਰ ਦੇ ਘਰ ਬੱਚਾ ਹੋਵੇ ਰੂਹ ਕਰੇ ਉਹ 26 ਸਾਲ ਤੀਕਰ ਦੁੱਧ ਹੀ ਪੀਤੀ ਜਾਵੇ ਅੱਛਾ ਅਸੀਂ 2 ਮਹੀਨੇ ਮੱਝ ਦਾ ਦੁੱਧ ਤੀਸਰੇ ਮਹੀਨੇ ਦੁਕਾਨ ਤੋਂ ਉਹ ਡੱਬੇ ਵਾਲਾ ਪਿਓ ਤੇ ਸ਼ਕਲ ਜਾਣੀ ਹੁੰਦੀ ਦੁਕਾਨ ਵਾਲੇ ਤੇ ਗਈ ਹੁੰਦੀ ਹੈ ਉੱਤੋਂ ਸਾਡੀਆਂ ਮਾਵਾਂ ਸਾਨੂੰ ਜੰਮਦੇ ਹੀ ਨਸੀਹ ਤਾਂ ਬੇਟਾ ਝੂਠ ਨਹੀਂ ਬੋਲਣਾ ਤੇ ਆਪ ਸਾਡੇ ਨਾਲ ਠੋਕੀ ਜਾਵੇ ਕਿਵੇਂ ਹਾਲੀ ਸਵੇਰ ਦੇ 7 ਵਜੇ ਨੇ ਸੁੱਤਿਆ ਹੋਣਾ ਸੀ ਸਾਡੀ ਮਾਂ ਨੇ ਕਹਿਣਾ ਸ਼ੁਰੂ ਹੋ ਜਾਣਾ ਵੇ ਉੱਠ ਬੈ ਤਰੋਟੀਆ ਦੁਪਹਿਰ ਹੋ ਗਈ ਏਈ ਤੇ ਜੇ ਦੁਪਹਿਰ ਨੂੰ ਰੋਟੀ ਮੰਗਣੀ ਤੇ ਕਹਿਣਾ ਅੱਜ ਸਵੇਰੇ ਸਵੇਰੇ ਹੀ ਭੁੱਖ ਲੱਗ ਪਈ ਏ ਯਕੀਨ ਕਰੋ ਬੜੀ ਮੈਂ ਬਸ ਖੜਕਾ ਲਿਆ ਵਿਆ ਵੇ ਮੇਰੀ ਗੱਲ ਸੁਣ ਸਿੱਧੇ ਕੀਤੀਆਂ ਮੈਨੂੰ ਬਦਤਮੀਜ਼ੀ ਚੜਾ ਕੇ ਰੱਖਿਆ ਮੈਂ ਅੰਦਰ ਜਾ ਕੇ ਉਹਨੇ ਬੰਦੇ ਨੂੰ ਦੱਸ ਵਾਹ ਭਾਜੀ ਵਾਹ ਕਰ ਲਿਆ ਵਿਆ ਮੈਂ ਜੋਗੀ ਨੇ ਤੁਹਾਡਾ ਇਹਨਾਂ ਵਿਆ ਹੋਇਆ ਆਹੋ ਤੇ ਤੁਹਾਡਾ ਬੰਦਾ ਕੀ ਕੰਮ ਕਰਦਾ ਉਹ ਰਕਸ਼ਾ ਚ ਰਕਸ਼ੇ ਚ ਬੈਂਦਾ ਹੁਣ ਮੈਨੂੰ ਸਮਝ ਨਹੀਂ ਆ ਰਹੀ ਕਿ ਆ ਉਰਲੀ ਫਸਾਵਾ ਕਿ ਪਰਲੀ ਫਸਾਵਾ ਯਾਰ ਸਭ ਤੋਂ ਪਰਲੀ ਹੈ ਗਿਆ ਓਏ ਓਏ ਸੱਚੀ ਮੁੱਚੀ ਵਿਆਹ ਕਰ ਲਿਆ ਨਹੀਂ ਝੂਠੀ ਮੋਟੀ ਕੀਤਾ ਇਹਨਾਂ ਨਾਲ ਕਰ ਲਿਆ ਬਹੁਤ ਅੱਛੇ ਅੱਛਾ ਜੀ ਕਿਸ ਤਰ੍ਹਾਂ ਬੜਾ ਤਾਵਨ ਕਰਦੀ ਹੂੰ ਕਿਹੜੀ ਤੇਰੀ ਮਾਂ ਨੂੰ ਤਲਾਕ ਦਵਾਈਏ ਮੈਂ ਉਹ ਪੁੱਛਣ ਗਿਆ ਉਹ ਕੀ ਹੋਇਆ ਜੇ ਤੈਨੂੰ ਇਹ ਪਤਾ ਕਿ ਬੜਾ ਤਾਵਨ ਕਰਦੀ ਹੈ ਤੈਨੂੰ ਹੋਰ ਬੜੀਆਂ ਗੱਲਾਂ ਦਾ ਵੀ ਪਤਾ ਹੋਣਾ ਆ ਮੈਨੂੰ ਗੱਲਾਂ ਦੱਸੀ ਜਾ ਯਾਰ ਜਦ ਸਾਡੀ ਇੱਜ਼ਤ ਹੀ ਕੋਈ ਨਹੀਂ ਤੁਹਾਡੀ ਬੀਵੀ ਨੂੰ ਕੀ ਕਹੀ ਜਾ ਰਹੇ ਨੇ ਯਾਰ ਤੂੰ ਵੀ ਤਾਂ 3 ਵਜੇ ਤੋਂ ਬਾਅਦ ਮੁੱਕਰ ਹੀ ਜਾਣਾ ਅੱਛਾ ਇਹਦਾ ਪਹਿਲੋਂ ਵੀ ਵਿਆਹ ਹੋਇਆ ਤੁਹਾਡੇ ਨਾਲ ਅੱਛਾ ਮੇਰੇ ਖਾਵਨ ਨੂੰ ਕੁਝ ਨਹੀਂ ਕਹਿਣਾ ਇਹਦਾ ਪਹਿਲਾਂ ਬੜਾ ਬੜਾ ਮਾਸੂਮ ਹੀ ਅੱਛਾ ਹਾਂ ਬੜਾ ਮਾਸੂਮ ਹੈ ਮੈਂ ਜੋਗੀ ਸਮਝ ਕੇ ਵਿਆਹ ਕੀਤਾ ਸੀ ਇਹਦੇ ਕੋਲ ਤੇ ਸੱਪ ਹੀ ਛੋਟਾ ਜਿਹਾ ਹੈ ਪੁਟਾਰੀ ਚ ਬੰਦ ਕੀਤਾ ਸੂ ਇਹਦਾ ਪਹਿਲਾਂ ਵੀ ਵਿਆਹ ਹੋਇਆ ਸੁਹਾਗ ਰਾਤ ਨੂੰ ਇਹਦੀ ਪੁੱਟੀ ਨੇ ਇਹਨੂੰ ਦੁੱਧ ਪਿਆਇਆ ਇਹ ਸੌ ਗਿਆ ਯਾਰ ਤੁਸੀਂ ਹਰ ਗੱਲ ਸਵੇਰੇ ਉੱਠ ਕੇ ਦੱਸ ਦਿੰਦੇ
ਮੈਨੂੰ ਨਹੀਂ ਸਮਝ ਆਇਆ ਇਹਨਾਂ ਦੀ ਮੌਜ ਲੱਗੀ ਸ਼ਹਿਰਾਂ ਚ ਤੋਬਾ ਸੁਹਾਗ ਰਾਤ ਨੂੰ ਸੋਹਣਾ ਬੈੱਡ ਸੋਹਣੀਆਂ ਚਾਦਰਾਂ ਪਿੰਡ ਚ ਪਾਲੀ ਰਾਤ ਸਿੱਧਾ ਤੂੜੀ ਵਾਲੇ ਅੰਦਰ ਨਾਲ ਪਾਣੀ ਦਾ ਜੱਗ ਨਾਲ ਦੋ ਕੇਟੂ ਦੀਆਂ ਡੱਬੀਆਂ ਗਸ਼ ਪਵੇ ਪਾਣੀ ਦਾ ਛੱਤਰ ਠਾ ਜੇ ਬੰਦਾ ਆਪ ਥੱਕ ਜਾਵੇ ਤਾਂ ਕੇਟੂ ਠੁੱਕ ਕੇ ਤੂੰ ਕੌਣ ਏ ਮੈਂ ਕੇਟੂ ਤੁਸੀਂ ਕਹੋ ਜਿਹੜਾ ਕੇਟੂ ਤੇ ਚੜਦਾ ਏ ਵੇਖੋ ਤੁਸੀਂ ਚੜਦਾ ਤੂੰ ਕੇਟੂ ਤੇ ਆਕੜ ਕੇ ਕਿਵੇਂ ਫਿਰਨਾ ਸਾਲੀਏ ਤੇਰੇ ਤੋਂ ਵੱਡੀ ਕੋਠੀ ਬਣਾਈ ਉਹ ਮਸੂਮ ਆ ਅੱਠ ਅੱਠ ਨੌਕਰ ਰੱਖੇ ਨੇ ਅਸਲ ਬੰਦੇ ਦਾ ਪਤਾ ਨੀ ਲੱਗਣ ਡਿਆ ਕਿਹੜਾ ਘਰ ਚੋਂ ਨਹੀਂ ਨੌਕਰਾਂ ਦਾ ਨੀ ਪਤਾ ਲੱਗਦਾ ਕਿ ਕਿਚਨ ਵਾਲਾ ਕਿਹੜਾ ਦਫ਼ਤਰੀ ਕੰਮ ਵਾਲਾ ਕਿਹੜਾ ਉਹ ਵਿਆਹ ਕਰ ਲਈ ਵਿਆਹ ਆਹੋ ਘਰ ਹੋਇਆ ਉਹ ਤੁਹਾਡੇ ਵੱਲੋਂ ਨਾ ਹੀ ਸਮਝੀ ਸੀ ਮੈਂ ਵਿਆਹ ਕੀਤਾ ਹੀ ਹਾਂਜੀ ਹੋਰ ਫਿਰ ਭਾਬੀ ਭਾਬੀ ਸਲਾਮੀ ਸਲਾਮੀ ਦਿਓ ਹੈਲੋ ਉਹ ਨਗਦ ਦੇ ਫੌਜ ਚ ਹਵਾਲਦਾਰ ਹੈਲੋ ਇਹ ਤਾਂ ਦੱਸੋ ਕਿੰਨੀ ਸਲਾਮੀ ਹੈ ਜੀ 5000 ਲਾਨੇ ਕੋ ਲੈਣ ਦੇਣ ਵਾਲੀ ਗੱਲ ਕਰੋ ਇਹ ਤਾਂ ਗੱਲ ਹੈ ਮੇਰੇ ਵੱਲ ਵੀ ਮੂੰਹ ਕਰ ਲਓ ਮੈਂ ਕੱਪੜੇ ਨੀ ਪਾਏ ਅੱਛਾ ਤੇਰਾ ਕੀ ਮਤਲਬ ਹੈ ਕਿ ਤੂੰ ਕੱਪੜੇ ਨਾ ਪਾਏ ਤੇ ਤੇਰੇ ਵੱਲ ਤੱਕੇਗੀ ਨਹੀਂ ਅੱਛਾ ਚਲੋ ਨਹੀਂ ਪਾਉਂਦਾ ਨਾ ਪਾਓ ਪਿੱਛੇ ਮੈਂ ਓ ਯਾਰ ਚਵੜਾ ਦਾ ਮਾਰੋ ਬਾਈ ਜੀ ਬਾਈ ਤੁਸੀਂ ਵੀ ਚੰਗੇ ਹੋ ਮੇਰਾ ਦਿਲ ਕਰਦਾ ਬੰਦਾ ਰੁਪਈਏ ਦੇਵੇ ਤੈਨੂੰ ਤਰੀ ਤੇ ਮਰਜ਼ੀ ਕਰੇ ਆਪਣੀ ਰਾਤੀ ਮੇਰੇ ਕੋਲ 45 ਕਿਉਂ ਲਈ ਉਹ 15 ਸੱਪ ਦੇ ਲੈ ਤੂੰ ਅੱਧਾ ਘੰਟਾ ਖੇਲਦਾ ਰਿਹਾ ਹਾਂ ਤੇ 15 ਹੋਰ ਲੈ ਦੁਬਾਰਾ ਚੱਲ ਬੱਚੀ ਨਹੀਂ ਨਾ ਆਉਣੀ ਓ ਸ਼ੇਰ ਸੋਣਾ ਚਿਕੜਚਕਾਰ ਖਾਣਾ ਖਰਾਬ ਤੇ ਪੁੱਤਰ ਸ਼ੇਰਨ ਚ ਕੀਤਾ ਕਹਿੰਦਾ ਚਿੱਟਾ ਕੁੱਕੜ ਫਨੇਰੇ ਨਹੀਂ ਨਹੀਂ ਕੁੱਕੜੀ ਕੋਲੋਂ ਜਾ ਕੇ ਵੇਖ ਕੁੱਕੜੀ ਛੱਡ ਦੇ ਉਹਦਾ ਚਿੱਟਾ ਕੁੱਕੜ ਫਨੇਰੇ ਤੇ ਓ ਚਿੱਟਾ ਕੁੱਕੜ ਫਨੇਰੇ ਤੇ 1000 ਦਾ ਨੋਟ ਰੱਖ ਬੁੱਢੀ ਲੈ ਮੇਰੇ ਡੇਰੇ ਤੇ ਇਹਨੂੰ ਬੰਦਾ ਛਿੱਤਰ ਮਾਰੇ ਕਾਲੀ ਚ 500 ਹੀ ਫੜਾਈ ਜਾਣ ਡਿਆ ਸੀ ਅੰਨੇ ਆ ਲਓ ਜੀ ਇਹ ਗੱਲ ਅਦਬ ਵਾਲੇ ਪਾਸੇ ਟੋਰੀ ਪਈ ਆ ਜੀ ਗਾਲਬ ਸਾਹਿਬ ਮੈਨੂੰ ਵੀ ਕੋਈ ਤਕਲੀਫ ਕਰਨੀ ਚਾਹੀਦੀ ਅੱਛਾ ਤੂੰ ਸ਼ੇਰ ਸੁਣਾਣਾ ਆਪਣੀ ਅੰਮੀ ਦਾ ਕਲਾਮ ਨਹੀਂ ਸੁਣਾ ਓਏ ਉਹਨਾਂ ਤੇ ਮਾਂ ਦੇ ਤਲਾਕ ਦਾ ਵਾਕਿਆ ਸੁਣਾ ਦਾਂ ਓਏ ਉਹਨਾਂ ਤੇ ਮੈਂ ਕਲਾਮ ਹੀ ਨਹੀਂ ਕਰਦਾ ਆ ਕਲਾਮ ਕਾ ਤੂੰ ਕਰਨੀ ਦੌੜ ਤੂੰ ਸਦੀਕ ਸਬਜ਼ੀ ਵਾਲਾ ਛੱਡੇ ਜੋ ਕਲਾਮ ਕਰੇ ਓਏ ਆਪਣੀ ਲੜਾਈ ਦੇ ਵਿੱਚ ਮੇਰੇ ਅੱਬੇ ਦਾ ਜ਼ਿਕਰ ਨਾ ਕਰੋ ਲੜਾਈ ਆਪਣੀ ਆਪਣੀ ਅੱਬਾ ਮੇਰਾ ਵੀ ਵਿੱਚ ਵੜੀ ਜਾਂਦਾ ਉਹਨਾਂ ਵਿੱਚ ਬੋਲੀਆਂ ਆ ਚੁੱਪ ਕਰ ਯਾਰ ਜਦੋਂ ਤੇਰਾ ਪਿਓ ਨਹੀਂ ਬੋਲਦਾ ਤੂੰ ਕਦ ਨਹੀਂ ਬੋਲਦਾ ਪਿਆ ਹਾਂਜੀ ਉਹ ਹੁਣਾਂ ਵਿੱਚ ਬੋਲੀ ਆ ਮੈਂ ਪਾਗਲ ਆ ਮੈਂ ਵਿੱਚ ਬੋਲਾਂ ਵਿੱਚ ਨਹੀਂ ਬੋਲੀਦਾ ਸਾਈਡ ਤੇ ਅੱਛਾ ਵੀ ਹੁਣ ਤੂੰ ਮੁੜਨਾ ਕਿ ਐ ਮੈਂ ਵਿਛਾਵਾਂ ਇੱਥੇ ਹੀ
ਮੈਂ ਆਦਮੀ ਦਾ ਵੇਖ ਤੇ ਆਪਣੇ ਸ਼ੌਕ ਵੇਖ ਜਿਹੜੀ ਕੁੜੀ ਆਉਂਦੀ ਸਿਹਤ ਵਾਲੀ ਟੁਰੀ ਹੈ ਉਹ ਤੂੰ ਮੈਨੂੰ ਗਾਰਡਰ ਚਗਾਉਣੇ ਤਾਕਤ ਵਾਲਾ ਕੰਮ ਪਏਗਾ ਬੰਦਾ ਟੀਕੇ ਲਵਾ ਲੈਂਦਾ ਓ ਯਾਰ ਤੂੰ ਮੇਰੀ ਹਮੀ ਫੜ ਚਲ ਟੀਕਾ ਲਵਾਏਗਾ ਆਓ ਕਿੱਥੋਂ ਮੇਰੇ ਕੋਲ ਇਹ ਕਿੱਥੋਂ ਆ ਪਠਾਨ ਨਹੀਂ ਬੈਠਾ पागल है दिल ता पागल है दो कुड़िया लेके चुप कर दिल ता पागल है दो कुड़िया लेके चुप कर जाऊ जिथे सारी दुनिया बढ़ गई मैं भी किधे बढ़ बढ़ जाऊ चुप कर जाऊ ए बगैरत है दो चार सो लैके चुप कर जाऊ नस के कर दी कुंडी लाल नहीं तो चाचा बढ़ जाऊ अदबी शेर जी अदबी अपना मेरे पैसे वापस कर दे मेरा नहीं इरादा मेरे पैसे वापस कर दे जेड़ा समझ जाए जी जेड़ा फील कर जाए पंजाबी समझ ही नहीं नहीं आती मेरे पैसे वापस कर दे मेरा नहीं इरादा बंदा बड़ा मस्कीन कुड़िए तेरा वजन ज्यादा जे तू मेरे उत्ते डिग पई ए मस्कीन ते मर मुर जाऊ नहीं पता अदब किथे हुंदा नहीं पता इन्हां नूं दस सुना पुठा रक्षा चलाउण वाले तेनू बहुत अदब ना लगा तेरे घर दे किताबां दे ढेर लगे नहीं पता इन्हां नूं टेढ़ी अदब की हुंदा वेखो हाजन नसीबो लाल लिख दी है अपनी किताब दे विच ईके उकड़ दुकड़ पंबा पो अंदर चल के लम्मा पो रख लाना तेडियां सोहणियां बच्चियां खलोतियां ने कोई ऐसा शेर सुनाओ कि मजा भी आवे ते तकलीफ भी ना होवे हां मजा भी और जायका भी दो पुत ते इक जान होवे इक लड़ पवे दूजा हाथ जोड़े जेड़ा मुख मोड़े बेईमान हो लोटी ये ना जनानियां ने वास्ते हाजी सदीक लिखदा सैकला आला ये अपना ये तुहाडी अम्मी दा दोस्त है तुसी गुस्सा करन दे हो तुहाडी दा भी इही होई है अलोन कल्ला बंदा किधर किधर जाए फिर वाह वाह करनी अच्छा जो अद्धा होवे ना ते वाह वाह करनी तुसी बैठो जो तुहाडे कोल आया वापस गया अद्धा हो गया तुहानू पता नहीं लगेगा मैं दसांगा तेनू नफा नहीं औरत जात विचों वाह वाह कर अद्धा हो गया
ਇਹਦਾ ਮਤਲਬ ਤੇਰਾ ਤਜਰਬਾ ਤੈਨੂੰ ਫੀਲ ਹੋ ਗਿਆ। ਅੱਧਾ ਅੱਧਾ ਹੋ ਗਿਆ, ਮੈਨੂੰ ਕਿਉਂ ਨਹੀਂ ਪਤਾ ਲੱਗਣ ਡਿਆ। ਪਠਾਨ ਬੂਹੇ ਖੁੱਲੇ ਹੋ ਗਏ ਨੇ ਘਰਾਂ ਦੇ, ਰੋਜ ਸ਼ੇਰੇ ਫਿਰ ਉੱਥੇ ਹੀ ਤੈਨੂੰ ਨਫਾ ਨਹੀਂ ਔਰਤ ਜ਼ਾਤ ਵਿੱਚੋਂ ਪਹਿਲੇ ਹੱਸ ਹੱਸ ਕੇ ਦੀਦਾਰ ਦਿੰਦੇ, ਪੈਸੇ ਮੁੱਕ ਜਾਂਦੇ, ਯਾਰੀ ਟੁੱਟ ਜਾਂਦੀ, ਗੈਰਾਂ ਨਾਲ ਖਲੋ ਕੇ ਸਾੜ ਦਿੰਦੇ, ਉਹ ਬੇੜੀਆਂ 'ਚ ਸਮੁੰਦਰੀ ਲੈ ਜਾਂਦੇ, ਗਿਣ ਗਿਣ ਕੇ ਗੋਤੇ ਹਜ਼ਾਰ ਦਿੰਦੇ, ਉਹ ਸ਼ੁਕਰ ਕਰ ਸ਼ੌਕੀ ਤੂੰ ਬਚ ਗਏ ਨਹੀਂ ਤੇ ਜ਼ਾਲਮ ਤੇ ਜਾਨੋ ਵੀ ਮਾਰ। ਸਹੀ ਗੱਲ ਹੈ, ਬੜੀ ਸ਼ਰੀਫ ਹੈਗੀ ਉਹ 150 ਬੰਦੇ ਦੇ ਤੂੰ ਬੰਪਰ ਹਾਲਾਤ ਤੇ ਗਾਣਾ ਪੇਸ਼ ਕਰ ਰਿਹਾ ਜੀ। ਪਤਾ ਕੀ ਕਰਨੇ ਆ, ਇਹਨਾਂ ਨੂੰ ਉਰਦੂ ਗਾਣਾ ਸੁਣਾਉਂਦੇ ਆ, ਉਰਦੂ ਚ ਗੰਦ ਪਨ ਹੁੰਦਾ ਹੀ ਨਹੀਂ। ਵੈਰੀ ਗੁੱਡ। ਓਏ ਕੋਈ ਨਾ ਬੋਲੇ ਤੇ ਗਾਣੇ ਚ ਮੈਂ ਤਾਂ ਚੱਲ ਗਾ ਲਗਾਇਆ ਲਗਾਇਆ ਮੈਨੇ ਤੁਮਾਰੇ ਸਾਥ ਰੇ। ਸਾਰੇ ਭਰਾ ਪੜੋ ਜੀ। ਲਗਾਇਆ ਲਗਾਇਆ ਮੈਨੇ ਤੁਮਾਰੇ ਸਾਥ ਰੇ, ਇਹ ਕਦਦ ਦਿਨ ਥਾ ਰਹਾ ਨਾ ਹਮਾਰੇ ਪਾਸ ਰੇ, ਹਮਾਰੀ ਡਕੇਟੀ ਹੋ ਗਈ, ਮੇਰੀ ਫੁੱਲਾਂ ਵਾਲੀ ਕੁੜਤੀ ਹੋਈ ਸਾਡੋ ਸੈਸ਼ਨਿੰਗ ਵੇ, ਜਬ ਸੋਤੀ ਹੂੰ ਮਾਹੀ ਕੇ ਨਜ਼ਦੀਕ ਹੋਤੀ ਹੂੰ ਤਾਂ ਚਾਰ ਪਾਈ ਮੈਂ ਸਟਿੱਕ ਫੇਰਤਾ ਹੈ।